ਆ ਦੋਸਤੋ ਮੁੜ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ ਕਾਲ ਕਰ ਸਕਦੇ ਹੋ ਸਾਨੂੰ ਸਕਰੀਨ ਦੇ ਉੱਤੇ ਆ ਰਹੇ ਨੰਬਰਾਂ 'ਤੇ ਕਰੀਏ ਤੁਹਾਡੇ ਨਾਲ ਵਿਚਾਰਾਂ ਹੈਲੋ 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 ਸਤਿ ਸ਼੍ਰੀ ਅਕਾਲ ਜੀ ਸਰ ਆਪਣੇ ਲਾਈਨ 'ਚ ਜੀ ਜਿਹੜੇ ਚਾਰ ਧਰਮ ਹੈਗੇ ਨਾ ਇਹਨਾਂ ਦੇ ਬਾਰੇ ਤੁਹਾਨੂੰ ਦੱਸਦਾ ਇਹ ਹਿਸਟਰੀ ਹੈ ਮੋਜੇ ਸਿਆ ਉਹਨੇ ਸਾਰੀ ਦੁਨੀਆਂ ਗਰੀਬ ਬਚਾਏ ਉਹਨਾਂ 'ਚ ਅਮੀਰ ਭਾਅ ਜੀ ਮੈਂ ਇੱਕ ਬੇਨਤੀ ਕਰਾਂਗਾ ਕਿ ਮੈਂ ਨਾ ਧਰਮ ਦੀ ਗੱਲ ਕਰ ਰਿਹਾ ਮੈਂ ਰਾਜਨੀਤੀ ਦੀ ਗੱਲ ਕਰ ਰਿਹਾ ਮੈਂ ਪੰਜਾਬ ਦੇ ਸਿਤਮ ਔਰ ਪੰਜਾਬ ਦੇ ਦੁਖਾਂਤ ਦੀ ਗੱਲ ਕਰ ਰਿਹਾ ਜੇਕਰ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਾਂਗਾ ਮੇਰੀ ਉਮਰ ਤੋਂ ਬਹੁਤ ਵਡੇਰੇ ਹੋ ਮੇਰੇ ਵੱਡੇ ਹੋ ਮੈਂ ਤੁਹਾਡਾ ਸਤਿਕਾਰ ਕਰਦਾ ਜਿੱਦਣ ਵੀ ਤੁਹਾਨੂੰ ਵਿਸ਼ੇ ਦੀ ਸਮਝ ਨਾ ਲੱਗੇ ਤੁਸੀਂ ਬਾਕੀਆਂ ਨੂੰ ਸੁਣ ਲਿਆ ਕਰੋ ਕਾਲ ਨਾ ਕਰਿਆ ਕਰੋ ਕੋਈ ਗੱਲ ਨਹੀਂ ਆਪਣੀ ਘਰ ਦੀ ਗੱਲ ਹੈ ਵੈਸੇ ਮੇਰੇ ਨਾਲ ਮੋਹ ਮੁਹੱਬਤ ਏਡੀ ਹੈ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ 5-7 ਮਿੰਟ ਮੇਰੇ ਇਕੱਲੇ ਨਾਲ ਲਾ ਲਿਆ ਕਰੋ ਕਿਉਂਕਿ ਲੋਕਾਂ ਦਾ ਵਕਤ ਬਹੁਤ ਕੀਮਤੀ ਹੈ ਮਿਹਰਬਾਨੀ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਜਸਪਾਲ ਸਿੰਘ ਲੰਡਨ ਤੋਂ ਬੋਲਦਾ ਜੀ ਸਰਦਾਰ ਜਸਪਾਲ ਸਿੰਘ ਜੀ ਕੀ ਹਾਲ ਚਾਲ ਹੈ ਬਸ ਠੀਕ ਹੈ ਜੀ ਬਹੁਤ ਵਧੀਆ ਅਤੇ ਤੁਸੀਂ ਵੈਸੇ ਜਿਹੜੀ ਭੂਮਿਕਾ ਬੰਨੀ ਆ ਵੈਰੀ ਨਾਈਸ ਪਿੱਛੇ ਅਕਾਲੀ ਦਲ ਦੇ ਬਾਰੇ ਅਤੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਪਿੱਛੇ ਲਿਜਾਣਾ ਚਾਹੁੰਦਾ ਹਿਸਟਰੀ ਦੇ ਵਿੱਚ ਜੀ ਅਤੇ ਪਿੱਛੇ ਹਿਸਟਰੀ ਵਿੱਚ ਅੱਗੇ ਤੁਸੀਂ ਜਿਹੜਾ ਐਕਚੁਲੀ ਮੇਰੀ ਨਜ਼ਰ ਦੇ ਵਿੱਚ ਜਿਹੜਾ ਸਿੱਖ ਲੀਡਰ ਸਿੱਖਾਂ ਨੂੰ ਇਕੱਠਾ ਕਰਨ ਵਾਲਾ ਮੋਟੀਵੇਟ ਕਰਨ ਵਾਲਾ ਸੀਗਾ ਤਾਂ ਉਹ ਸੀਗਾ ਸਰਦਾਰ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਔਰ ਉਸ ਤੋਂ ਬਾਅਦ ਜੋ ਹੋਇਆ ਉਹ ਸਾਨੂੰ ਸਭ ਸਾਰਿਆਂ ਨੂੰ ਹਿਸਟਰੀ ਦਾ ਪਤਾ ਹੈਗਾ ਸਾਰਾ ਕਿ ਦਲੀਪ ਸਿੰਘ ਇੱਥੇ ਲਾਇਆ ਉਸਨੇ ਬ੍ਰੇਨ ਵਾਸ਼ ਕਰਕੇ ਸਭ ਕੁਛ ਦਿਮਾਗ 'ਚ ਵਰਤਾ ਕਿ ਸਿੱਖ ਇਸ ਤਰ੍ਹਾਂ ਦੇ ਹੈਗੇ ਆ ਅਤੇ ਔਰ ਉਸ ਦੇ ਵਿੱਚ ਇਹਨਾਂ ਨੇ ਐਲਾਨ ਵੀ ਕੀਤਾ ਸੀਗਾ ਅੰਗਰੇਜ਼ਾਂ ਨੇ ਕਿ ਜਿਸ ਵੇਲੇ ਉਹ ਬਾਲਗ ਹੋ ਜਾਏਗਾ ਤੇ ਉਸ ਨੂੰ ਪੰਜਾਬ ਦਾ ਰਾਜ ਦਿੱਤਾ ਜਾਏਗਾ ਇੱਕ ਬਲਵੰਤ ਗਾਰਜੀ ਦੀ ਬੁੱਕ ਹੈਗੀ ਲਿਖੀ ਮੋਹਿਆ ਸਾਰ ਨਾ ਪਾਈ ਬਹੁਤ ਨਾਈਸ ਆ ਉਹਦੇ ਵਿੱਚ ਪੜ੍ਹੀਏ ਨਾ ਸੱਤੇ ਤੁਹਾਡੇ ਨਾ ਰੌਂਗਟੇ ਖੜੇ ਹੁੰਦੇ ਆ ਕਿ ਅੰਗਰੇਜ਼ਾਂ ਨੇ ਸਿੱਖਾਂ ਦੇ ਨਾਲ ਕਿਸ ਤਰ੍ਹਾਂ ਉਹਨਾਂ ਨੂੰ ਉਹਦੇ ਨਾਲ ਕੀ ਵਿਚਾਰ ਕੀਤਾ ਹੁਣ ਇਹ ਜਿਹੜੇ ਮੈਂ ਕਹਿੰਦਾ ਵੀ ਜੋ ਕੰਪੇਅਰ ਕਰੀਏ ਉਹ ਜਿਹੜੀ ਪੋਜੀਸ਼ਨ ਉਸ ਤੋਂ ਬਾਅਦ ਹੋਈ ਪੰਜਾਬ ਦੀ ਉਹੀ ਇਸ ਵੇਲੇ ਪੋਜੀਸ਼ਨ ਹੈਗੀ ਆ ਅਖੀਰੀ ਟਾਈਮ ਜੇ ਤੇ ਦਲੀਪ ਸਿੰਘ ਉਹਨੇ ਕਿਹਾ ਸੀ ਕਿ ਮੈਂ ਪੰਜਾਬ ਦਾ ਰਾਜਾ ਬਣਾ ਪਰ ਜਿਹੜੇ ਸਰਮੂਰ ਸੀਗੇ ਜਿਹੜੇ ਅੱਗੇ ਆਏ ਸੀਗੇ ਨਾ ਉਹਨਾਂ ਨੇ ਸਿੱਖਾਂ ਨੇ ਉਸ ਨੂੰ ਪਿੱਛੇ ਹਟਾ ਦਿੱਤਾ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਮੈਂ ਜਸਪਾਲ ਗੁਪਤਾ ਬੋਲ ਰਿਹਾ ਪਹਿਲਾਂ ਵੀ ਜਸਪਾਲ ਸੀ ਜੀ ਗੁਪਤਾ ਸਾਹਿਬ ਮੈਂ ਬੜੀ ਥੋੜੀ ਇਨਫੋਰਮੇਸ਼ਨ ਲਈ ਹੈ ਅਕਾਲੀ ਦਲ ਬਾਰੇ ਜੀ ਸਰ ਤੇ ਹਾਂ ਮੈਂ ਆਮ ਸੋ ਹੈਪੀ ਮੈਂ ਤੁਹਾਨੂੰ ਸਿਰਫ ਇਹ ਦੱਸਣਾ ਚਾਹੁੰਦਾ 1977 ਵਿੱਚ ਜੀ ਤੁਹਾਨੂੰ ਪਤਾ ਹੋਣਾ ਕਰੋਨਾ ਦਾ 77 ਵਿੱਚ ਮੈਂ ਆਈ ਵਾਜ਼ ਅੰਡਰ DIR ਹੈ ਮੇਰੀ ਜੇਲ੍ਹ ਹੋਈ ਸੀਗੀ ਜੀ ਤੇ ਉਦੋਂ ਦੋ ਕਰੋਨ ਹੁੰਦੇ ਇੱਕ ਮੂਸਾ ਤੇ ਇੱਕ ਇਹ ਤੁਹਾਨੂੰ ਪਤਾ ਹੀ ਹੋਣਾ ਚਾਹੀਦਾ ਮੇਰੇ ਖਿਆਲ ਨਾਲ ਜੀ ਦਰਸ਼ਨ ਖਟਕੜ ਸੁਰਿੰਦਰ ਧੰਜਲ ਉਸ ਮੂਵਮੈਂਟ ਦੇ ਨਾਲ ਜੁੜੇ ਹੁੰਦੇ ਸੀ ਇੰਗਲੈਂਡ ਦੇ ਵਿੱਚ ਅਮਰਜੀਤ ਚੰਦਨ ਹੁੰਦੇ ਸੀ ਉਸ ਮੂਵਮੈਂਟ ਦੇ ਵਿੱਚ 1972 ਦੀ ਅਵਤਾਰ ਪਾਸ਼ੋਰਾ ਦੇ ਨਾਲ ਜਿਹੜੇ ਸੀ ਉਹ ਜੁੜੇ ਹੁੰਦੇ ਸੀ ਮੈਂ ਉਸ ਮੂਵਮੈਂਟ ਤੋਂ ਬਕਾਇਦਾ ਤੌਰ ਤੇ ਮੋਗਾ ਗੋਲਕਾ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੈਲੋ ਹੈਲੋ
हाँ जी छोटे भाई रियाल साहब प्यार भरी सत श्रीकाल। हाँ जी वीर जी प्यार भरी सत श्रीकाल, प्यार भरी सत श्रीकाल। हाँ जी हाँ जी, देखो अज तुसी पंथ दी जो कुछ सब हिस्ट्री वो तो तुसी सुनाई दिती बलियार सिंह रंधावा जी दी, बहुत देखो सानू बहुत कुछ मिलता इन्हां दा, ही कवियां दा पढ़दे भी रहिंदे आ, वड्डे विद्वान ने जी, वड्डे विद्वान ने। हाँ जी भाई इन्हां दीआं कविता ही पढ़ पढ़ के यही मैं तुहानू जो भी कुछ सुणाउणा हुंदा, जिदा कहिंदे हुंदे मेरे पल्ले कुछ नहीं, मैं इन्हां नूं पढ़ पढ़ तुहानू सुणाउणा। क्या बात है, क्या कवियां सिंह। हाँ जी हाँ जी जी जी। देखो एक सी साडा किसे टाइम अणखीला पंथ, जिदा पंथ अज केड़ा नाम इस पंथ नूं दे तां तुसी जाणदे आ। इत्थे मैं देखो चार के लाइनां ही कहणी आ कि कहिंदे के आजादी दे दाव ते तूं सब कुछ अपना लाया, देश लई तूं पाणी वांगू अपना लहू बहाया, ओ मुक्की रात वतन दी काली होया आण सवेरा, पर तेरे घर अग्गे नालों वध गया होर अंधेरा। क्या बात है, क्या बात है, वाह वाह वाह, वंगार है पंजाबियों। देखो हाँ जी कहिंदे धुंधला धुंधला दिसदा मैनू तेरा चार छपेरा, ओए अपने भी उगे हो बगै बगाने, ना कोई सज्जन तेरा, साडे पंथ च की हो रहा अज, तेरे लई पराईयां होईयां गुरु नानक दीआं जूआं, ओ वेख वेख के तड़प रहीआं ने सिख राज दीआं रूहां। वाह 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 वाह। ਕਹਿੰਦਾ ਪਰ ਘਬਰਾ ਨਾ, ਦੇਖੋ ਆਸਾਂ ਫਿਰ ਵੀ ਸਾਨੂੰ ਆਸਾਂ, ਪਰ ਘਬਰਾ ਨਾ ਸੰਤ ਛਪਾਈਆ, ਉਹ ਮਨ ਕੁਦਰਤ ਦੇ ਭਾਣੇ, ਕਲਗੀ ਧਰ ਦੀ ਜੋਤ ਨਹੀਂ ਬੁਝਣੀ, ਸਮੇਂ ਬੀਤ ਨੇ ਜਾਣੇ। ਵਾਹ ਜੀ ਵਾਹ ਮੱਖਣ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਧੰਨਵਾਦ, ਬਹੁਤ ਹੀ ਵਧੀਆ ਤੁਸੀਂ ਇਹ ਲਫ਼ਜ਼ ਜਿਹੜੇ ਨੇ ਉਹ ਸਾਨੂੰ ਦੱਸੇ ਨੇ ਦਿੱਤੇ ਨੇ, ਤੁਹਾਡਾ ਸ਼ੁਕਰੀਆ ਦੋਸਤੋ। ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ, ਇਸੇ ਤਰ੍ਹਾਂ ਪ੍ਰੋਗਰਾਮ ਜਾਰੀ ਰਹੇਗਾ, ਜਿੰਨੀਆਂ ਵੀ ਤੁਹਾਡੀਆਂ ਕਾਲਸ ਹੋਰ ਲੈ ਸਕੇ ਅਸੀਂ ਉਹਨਾਂ ਕਾਲਾਂ ਨੂੰ ਜ਼ਰੂਰ ਲਵਾਂਗੇ, ਫਿਰ ਵੀ ਸੱਦਾ ਦੇਵਾਂਗਾ। ਈਮੇਲ ਵੀ ਆਪਣੇ ਵਿਚਾਰ riyad@justbroadcasting.com ਔਰ info@justbroadcasting.com। ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।